ਪੁਰਾਤਨ ਇਮਾਰਤਾਂ ਕੇਵਲ ਇੱਟਾਂ ਗਾਰਿਆਂ ਦਾ ਸੁਮੇਲ ਹੀ ਨਹੀਂ ਹੁੰਦੀਆਂ ਸਗੋਂ ਇਹ ਵਿਚਾਰਧਾਰਾ ਨਾਲ ਵੀ ਅਟੁੱਟ ਰਿਸ਼ਤਿਆਂ 'ਚ ਬੱਝੀਆਂ ਹੁੰਦੀਆਂ ਨੇ। ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਤਰਨ ਤਾਰਨ ਦੀ 200 ਸਾਲ ਤੋਂ ਵੱਧ ਪੁਰਾਤਨ ਦਰਸ਼ਨੀ ਡਿਓੜੀ ਨੂੰ ਮੁਰੰਮਤ ਦੇ ਨਾਮ ਤੇ ਢਾਹੇ ਜਾਣ ਦਾ ਕਾਰਜ ਸਿੱਖਾਂ ਨੇ 2018 'ਚ ਰੋਕ ਲਿਆ ਸੀ, ਪਰ ਮੁੜ ਇਸ ਪੁਰਾਤਨ ਦਰਸ਼ਨੀ ਡਿਓੜੀ ਨੂੰ ਮੁਰੰਮਤ ਦੇ ਨਾਮ ਤੇ ਢਾਹੇ ਜਾਣ ਦੀ ਖਬਰ ਨੇ ਸਿੱਖਾਂ ਨੂੰ ਇੱਕ ਵਾਰ ਮੁੜ ਝੰਜੋੜ ਕੇ ਰੱਖ ਦਿੱਤਾ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਆਉਂਦੀ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਤਰਨ ਤਾਰਨ ਦੀ ਪੁਰਾਤਨ ਦਰਸ਼ਨੀ ਡਿਓੜੀ ਦੀ ਕਾਰ ਸੇਵਾ ਜਦੋਂ ਜਗਤਾਰ ਸਿੰਘ ਤਰਨ ਤਾਰਨ ਨੂੰ ਸੌਂਪੀ ਗਈ ਸੀ, ਉਦੋਂ 14 ਸਤੰਬਰ 2018 ਨੂੰ ਵੀ ਇਸ ਪੁਰਾਤਨ ਦਰਸ਼ਨੀ ਡਿਓੜੀ ਨੂੰ ਢਾਹਿਆ ਜਾਣ ਲੱਗਿਆ ਸੀ, ਤਾਂ ਮੌਕੇ ਤੇ ਮੌਜੂਦ ਸੰਗਤ ਨੇ ਸਖ਼ਤ ਵਿਰੋਧ ਕਰਕੇ ਢਹਾਉਣ ਤੋਂ ਰੋਕ ਲਿਆ ਸੀ। ਜਦੋਂ ਬਾਬਾ ਮੋਹਿੰਦਰ ਸਿੰਘ ਕਾਰ ਸੇਵਾ ਵਾਲਿਆਂ ਨਾਲ ਫੋਨ ਤੇ ਗੱਲ ਕੀਤੀ ਗਈ ਤਾਂ ਉਹਨਾਂ ਦਾ ਕੀ ਕਹਿਣਾ ਸੀ ਤੁਸੀਂ ਖੁਦ ਹੀ ਸੁਣ ਲਵੋ। ਜੀ, ਹੁਣੇ ਖਬਰ ਆਈ ਹੈ ਸਾਡੇ ਕੋਲ, ਜਿਹੜੀ ਬੀਤੀ ਰਾਤ ਹੈ ਤਰਨ ਤਾਰਨ ਦੇ ਵਿੱਚ ਜਿਹੜੀ ਦਰਸ਼ਨੀ ਡਿਓੜੀ ਹੈ ਬਾਬਾ ਜਗਤਾਰ ਸਿੰਘ ਜੀ ਹੋਣਾ ਵੱਲੋਂ ਉਹਨਾਂ ਨੂੰ ਢਾ ਦਿੱਤਾ ਗਿਆ, ਕੀ ਕਾਰਨ ਸੀਗਾ ਉਸ ਨੂੰ ਢਾਉਣ ਦਾ? ਪੁਰਾਣੀ ਵਰਤ ਹੋ ਚੁੱਕੀ ਸੀ, ਉਹਦਾ ਕਰਕੇ ਸ਼੍ਰੋਮਣੀ ਕਮੇਟੀ ਨੇ ਮਤਾ ਪਾਇਆ ਸੀ ਇਹਨੂੰ ਨਵਾਂ ਬਣਾਇਆ ਜਾਵੇ। ਪਰ ਕੀ ਇਸ ਤਰ੍ਹਾਂ ਜਿਹੜੀ ਅਸੀਂ ਪੁਰਾਤਨ ਜਿਹੜੀ ਸਾਡੀ ਵਿਰਾਸਤ ਹੈ ਉਸਨੂੰ ਅਸੀਂ ਖਤਮ ਨਹੀਂ ਕਰ ਰਹੇ ਅਜਿਹਾ ਕਰਕੇ? ਪੁਰਾਤਨ ਹੈ ਵੀ ਜਿਹੜਾ ਹੁਣ ਮਹਾਰਾਜ ਦੇ ਹੱਥਾਂ ਦੀ ਬਣੀ ਹੋਈ, ਫਿਰ ਤਾਂ ਆਪਾਂ ਕਹਿ ਦਈਏ ਚਲੋ ਉਹਨੂੰ ਸੰਭਾਲਣਾ ਹੁੰਦਾ ਵੀ ਚਲੋ ਪੁਰਾਣਾ ਇਤਿਹਾਸ ਰੱਖ ਲਈਏ। ਜੀ, ਇਮਾਰਤਾਂ ਜਿੰਨੇ ਵੀ ਸੀਗੀਆਂ ਪੁਰਾਣੀਆਂ ਤੇ ਫਿਰ ਨਵੀਆਂ ਬਣੀਆਂ ਹੁੰਦੀਆਂ ਨਾ। ਪਰ ਇਸ ਨੂੰ ਢਾਣ ਦੇ ਪਿੱਛੇ ਜੇ ਦੇਖਿਆ ਜਾਏ ਤਾਂ ਸਿੱਖ ਭਾਈਚਾਰਾ ਬੇਹਦ ਰੋਸ ਦੇ ਵਿੱਚ ਹੈ। ਉਹਨਾਂ ਦਾ ਕਹਿਣਾ ਕਿ ਜਿਹੜੇ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਵਾਲੇ ਨੇ ਅਕਸਰ ਹੀ ਪੁਰਾਣੀਆਂ ਜਿਹੜੀਆਂ ਆਪਣੀਆਂ ਯਾਦਗਾਰਾਂ ਉਹਨਾਂ ਨੂੰ ਹਟਾ ਕੇ ਉੱਤੇ ਸੰਗਮਰਮਰ ਵਿਛਾ ਦਿੰਦੇ ਨੇ ਤੇ ਸਿੱਖ ਸੰਗਤ ਕਾਫੀ ਰੋਸ ਦੇ ਵਿੱਚ। ਪੁਰਾਣੀ ਦੱਸੋ ਕਿਹੜੀ, ਹੋਰ ਕਿਹੜੀ ਪੁਰਾਣੀ ਜਿਹੜੀ ਆਪਾਂ? ਹੋਰ ਅਨੇਕਾਂ ਗੁਰਦੁਆਰੇ, ਅਨੇਕਾਂ ਸਿੱਖਾਂ ਦਾ ਕਹਿਣਾ ਕਿ ਅਨੇਕਾਂ ਅਜਿਹੇ ਗੁਰਦੁਆਰੇ ਨੇ ਜਿਨ੍ਹਾਂ ਦੇ ਵਿੱਚ ਅਕਸਰ ਹੀ ਕਾਰ ਸੇਵਾ ਵਾਲੇ ਅਜਿਹਾ ਕਰਦੇ ਨੇ ਕਿ ਉੱਥੇ ਸੰਗਮਰਮਰ ਵਿਛਾ ਦਿੰਦੇ ਨੇ, ਜਿਹੜੀਆਂ ਪੁਰਾਣੀਆਂ ਚੀਜ਼ਾਂ ਪੁਰਾਣੀਆਂ ਬਿਲਡਿੰਗਸ ਹੈ ਉਹਦੀਆਂ ਕੋਈ ਨਿਸ਼ਾਨੀਆਂ ਨਹੀਂ ਰਹਿੰਦੀਆਂ। ਦੇਖੋ ਜੀ, ਇਹ ਤਾਂ ਬਣਨ ਵਾਲੀ ਪੁਰਾਣੀ ਬਣਨ ਵਾਲੀ ਹੁੰਦੀ, ਜਿਹੜੀ ਕੋਈ ਜ਼ਿਆਦਾ ਹੀ ਬਦ ਖਰਾਬ ਹੋ ਜਾਂਦੀ ਉਹ ਫਿਰ ਬਣਾਉਣੀ ਪੈਂਦੀ, ਜਿਹੜੀ ਜਿਹੜੀ ਮਤਲਬ ਹੋ ਸਕਦੀ ਹੈ ਉਹ ਰਿਪੇਅਰ ਹੋ ਜਾਂਦੀ ਹੈ। ਤੇ ਕੀ ਤੁਹਾਨੂੰ ਨਹੀਂ ਲੱਗਦਾ ਕਿ ਇਸੇ ਬਿਲਡਿੰਗ ਨੂੰ ਇਸੇ ਤਰਜ਼ ਦੇ ਉੱਤੇ ਰਿਪੇਅਰ ਕਰ ਦਿੱਤਾ ਜਾਣਾ ਚਾਹੀਦਾ ਸੀਗਾ? ਪਰ ਆਖਰ ਨੂੰ ਇਮਾਰਤਾਂ ਮਾਰਤੀ ਨਾ, ਆਪਾਂ ਘਰਾਂ ਦੀ ਇਮਾਰਤਾਂ ਵੀ ਤਾਂ ਨਵੇਂ ਬਣਾਉਣੇ ਨਾ, ਗੁਰੂ ਸਾਹਿਬ ਦੀ ਇਮਾਰਤਾਂ ਤਾਂ ਨਵੀਂ ਬਣੀ ਚਾਹੀਦੀ ਜੇ ਪੁਰਾਣੀਆਂ ਹੋ ਜਾਂਦੀਆਂ। ਤੇ ਪਾਕਿਸਤਾਨ ਦੇ ਵਿੱਚ ਬਾਬਾ ਜਗਤਾਰ ਸਿੰਘ ਜੀ ਹੁਣੀ ਜਦੋਂ ਕਾਰ ਸੇਵਾ ਕਰਦੇ ਨੇ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਬਿਲਕੁਲ ਪਰਮਿਸ਼ਨ ਨਹੀਂ ਦਿੰਦੀ। ਜਿਸ ਤਰ੍ਹਾਂ ਤੁਸੀਂ ਨਨਕਾਣਾ ਸਾਹਿਬ ਦੀ ਵੀ ਦਰਸ਼ਨੀ ਦਿਓੜੀ ਦੀ ਜੇ ਗੱਲ ਕਰ ਲਓ ਤੇ ਉੱਥੇ ਵੀ ਪੁਰਾਣੀ ਹੀ ਦਰਸ਼ਨੀ ਦਿਓੜੀ ਨੂੰ ਰੈਨੋਵੇਟ ਕਰਕੇ ਸੰਭਾਲ ਕੀਤੀ ਗਈ ਹੈ, ਤਾਂ ਫਿਰ ਕੀ ਨੋਬਤ ਆ ਗਈ ਜਿਹੜੀ ਤੁਹਾਨੂੰ ਦਰਸ਼ਨੀ ਦਿਓੜੀ? ਕਈ ਚੀਜ਼ਾਂ ਹੋ ਸਕਦੀਆਂ ਨੇ, ਮਤਲਬ ਥੋੜਾ ਚਿਰ ਹੋਣਾ ਬਣੀਆਂ ਨੂੰ ਮਹਾਰਾਜ ਵਾਲੇ ਨਾ ਬਣੀਆਂ, ਉਹ ਸਾਰੀਆਂ ਬਾਬਾ ਗੁਰਮਸ ਨੇ ਬਣਾਈਆਂ ਸਾਰੀਆਂ ਚੀਜ਼ਾਂ 47 ਤੋਂ ਪਹਿਲਾਂ। ਤੇ ਕੀ ਇਸ ਨੂੰ ਢਾਣ ਪਿੱਛੇ SCBC ਪਰਮਿਸ਼ਨ ਦਿੰਦੀ ਹੈ? ਹਾਂ ਜੀ, ਪਰਮਿਸ਼ਨ ਲੈ ਕੇ ਸਾਰਾ ਕੁਝ ਕਰਦਾ ਸੀ ਆਪਣਾ ਉਹਨੂੰ ਕਰਦੇ। ਠੀਕ ਹੈ ਜੀ, ਬਾਕੀ ਦੁਕਾਨਾਂ ਦਾ ਨੁਕਸਾਨ ਹੋ ਸਕਦਾ ਕਰਕੇ ਤਾਂ ਕਰਕੇ ਰਾਤ ਸ਼ੁਰੂ ਕੀਤੀ, ਉਸ ਤਰ੍ਹਾਂ ਨਹੀਂ ਕੋਈ ਗੱਲ ਹੈ ਜੀ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਮਨਜਿੰਦਰ ਸਿੰਘ ਸਿਰਸਾ ਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਢਾਹੀ ਗਈ ਪੁਰਾਤਨ ਵਿਰਾਸਤੀ ਡਿਓੜੀ ਨੂੰ ਗਲਾ ਦੱਸਿਆ, ਉਹਨਾਂ ਦਾ ਕੀ ਕਹਿਣਾ ਹੈ ਤੁਸੀਂ ਇਹ ਵੀ ਸੁਣੋ। ਤਰਨ ਤਾਰਨ ਦੇ ਵਿੱਚ ਪੁਰਾਤਨ ਜਿਹੜੀ ਦਰਸ਼ਨੀ ਦਿਓੜੀ ਹੈ ਉਸਨੂੰ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਵਾਲਿਆਂ ਵੱਲੋਂ ਤੋੜ ਦਿੱਤਾ ਗਿਆ ਰਾਤ ਨੂੰ, ਜਿਸ ਦੇ ਚੱਲਦੇ ਪੂਰੇ ਸਿੱਖ ਭਾਈਚਾਰੇ 'ਚ ਬਹੁਤ ਰੋਸ ਪਾਇਆ ਜਾ ਰਿਹਾ। ਕੀ ਕਹਿਣਾ ਚਾਹੋਗੇ ਇਸ ਬਾਰੇ? ਸਾਡੀ ਗੱਲ ਮੋਹਿੰਦਰ ਸਿੰਘ ਜੀ ਦੇ ਨਾਲ ਹੋਈ ਹੈ, ਜਿਹੜੇ ਕਿ ਜਗਤਾਰ ਸਿੰਘ ਜੀ ਹੋਣਾ ਦੇ ਨਾਲ ਹਰ ਸਮੇਂ ਮੌਜੂਦ ਰਹਿੰਦੇ ਨੇ, ਉਹਨਾਂ ਦੇ ਨਾਲ ਸਾਥੀ ਨੇ ਉਹਨਾਂ ਦੇ, ਉਹਨਾਂ ਨੇ ਕਿਹਾ ਜੀ ਕਿ ਜਦੋਂ ਚੀਜ਼ਾਂ ਪੁਰਾਣੀਆਂ ਹੋ ਜਾਂਦੀਆਂ ਤਾਂ ਉਹਨਾਂ ਨੂੰ ਤੋੜਨਾ ਪੈਂਦਾ। ਪਰ ਅਗਰ ਇਸ ਤਰ੍ਹਾਂ ਕੀਤਾ ਤੇ ਹੋਣਾ ਨਹੀਂ ਚਾਹੀਦਾ, ਤੇ ਪ੍ਰੀਜ਼ਰਵ ਕਰਨੀ ਚਾਹੀਦੀ ਜਿੱਥੋਂ ਮਰਜ਼ੀ ਕੀਤਾ ਜਾਵੇ, ਜਿੰਨੀ ਮਰਜ਼ੀ ਮਿਹਨਤ ਕੀਤੀ ਜਾਵੇ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੁਰਾਤਨ ਵਿਰਾਸਤੀ ਡਿਓੜੀ ਦੀ ਮਹਾਨਤਾ ਤੋਂ ਅਣਜਾਣ ਸੀ ਜਾਂ ਫਿਰ ਉਹ ਇਤਿਹਾਸ ਮੁਕਾਓ ਅਤੇ ਵਿਰਾਸਤ ਢਾਓ ਨੀਤੀ ਅਪਣਾ ਰਹੀ ਹੈ। ਬਿਊਰੋ ਰਿਪੋਰਟ, ਸਬਸਕ੍ਰਾਈਬ ਕਰੋ ਅਤੇ ਨਾਲ ਹੀ ਸਭ ਤੋਂ ਪਹਿਲਾਂ ਵੀਡੀਓ ਦੇਖਣ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।